ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਫਰੇ ਸਹਾਦ ਦੇ ਵਿੱਚ ਆਪਾਂ ਹੁਣ ਚੱਲੇ ਹਾਂ ਅਗਲੀ ਮੰਜ਼ਿਲ ਵੱਲ ਜੀ, ਅਤੇ ਆਪਾਂ ਅਗਲੇ ਗੁਰਦੁਆਰੇ ਚੱਲੇ ਹਾਂ ਜੀ। ਮੇਰੀ ਵੈਕਸ਼ਾਲਾ ਤੁਸੀਂ ਦੇਖ ਸਕਦੇ, ਸਤਲੁਜ ਦਰਿਆ ਵਗਦਾ ਜੀ, ਇਹ ਦੇਖੋ ਜੀ। ਅਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਗੁਰਦੁਆਰੇ, ਅਤੇ ਉੱਥੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ। ਅਤੇ ਇਹ ਰਸਤਾ ਜਾਂਦਾ ਜੀ, ਅਤੇ ਆਪਾਂ ਇਸ ਟਾਈਮ ਸਤਲੁਜ ਦੇ ਕੰਢੇ 'ਤੇ ਮੌਜੂਦ ਹਾਂ ਜੀ। ਅਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਗੁਰਦੁਆਰਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਸ ਵਕਤ ਪਹੁੰਚੇ ਜੀ ਗੁਰਦੁਆਰਾ ਸ੍ਰੀ ਕੰਘਾ ਸਾਹਿਬ, ਪਿੰਡ ਦੁਲਚੀ ਮਾਜਰਾ। ਇਹ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ, ਅਤੇ ਆਪਾਂ ਹੁਣ ਅੰਦਰ ਜਾਵਾਂਗੇ ਗੁਰਦੁਆਰਾ ਸਾਹਿਬ ਦੇ। ਆਪਾਂ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਅਤੇ ਮੱਥਾ ਵੀ ਟੇਕਾਂਗੇ। ਆਪਾਂ ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ, ਅਤੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਹੁਣ ਤੁਸੀਂ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ, ਇਹ ਗੁਰਦੁਆਰਾ ਸਾਹਿਬ 'ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਥੋੜ੍ਹੇ ਸਮੇਂ ਲਈ ਰੁਕੇ ਸੀ, ਅਤੇ ਫਿਰ ਉਹ ਇਸ ਗੁਰਦੁਆਰਾ ਸਾਹਿਬ ਤੋਂ ਅੱਗੇ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਜਾਣ ਤੋਂ ਬਾਅਦ ਮਾਤਾ ਗੁਜਰੀ ਛੋਟੇ ਸਾਹਿਬਜ਼ਾਦੇ ਇਸ ਗੁਰਦੁਆਰਾ ਸਾਹਿਬ ਪੁੱਜੇ ਸੀ, ਅਤੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਥੋੜ੍ਹਾ ਟਾਈਮ ਹੋਰ ਰੁਕ ਜਾਂਦੇ ਤਾਂ ਉਹਨਾਂ ਦਾ ਆਪਣੇ ਪਰਿਵਾਰ ਨੇ ਇੱਥੇ ਮਿਲਾਪ ਹੋ ਜਾਣਾ ਸੀ, ਪਰ ਇਸ ਤਰ੍ਹਾਂ ਨਹੀਂ ਹੋ ਸਕਿਆ। ਇਸ ਗੁਰਦੁਆਰਾ ਸਾਹਿਬ 'ਤੇ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੇ ਵਾਲਾਂ ਨੂੰ ਕੰਘੀ ਕੀਤੀ ਸੀ। ਅਤੇ ਹੁਣ ਆਪਾਂ ਤੁਹਾਨੂੰ ਅੰਦਰੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ। ਹੁਣ ਆਪਾਂ ਚੱਲਦੇ ਹਾਂ ਅੰਦਰ, ਅਤੇ ਤੁਸੀਂ ਸਾਹਮਣੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਅਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਦੇ ਉੱਤੇ ਲਿਖਿਆ ਵੀ ਹੋਇਆ, ਤੁਸੀਂ ਪੜ੍ਹ ਵੀ ਸਕਦੇ ਹੋ, ਤੁਸੀਂ ਸਕਰੀਨਸ਼ੋਟ ਲੈ ਕੇ ਵੀ ਪੜ੍ਹ ਸਕਦੇ ਹੋ। ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸੀ, ਪਰ ਉਹ ਥੋੜ੍ਹੇ ਟਾਈਮ ਲਈ ਇੱਥੇ ਰੁਕੇ ਸੀ। ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਭਾਲ ਦੇ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਵੀ ਇਸ ਸਥਾਨ ਦੇ ਉੱਤੇ ਪੁੱਜੇ ਸੀ, ਇਸ ਗੁਰਦੁਆਰਾ ਸਾਹਿਬ 'ਚ ਪੁੱਜੇ ਸੀ। ਅਤੇ ਇਹ ਪੂਰਾ ਇਤਿਹਾਸ ਇੱਥੇ ਲਿਖਿਆ ਹੋਇਆ, ਤੁਸੀਂ ਪੜ੍ਹ ਸਕਦੇ ਹੋ। ਅਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਦਰਬਾਰ ਸਾਹਿਬ ਦੇ। ਹਾਂਜੀ, ਆਪਾਂ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆ ਗਏ, ਆਪਾਂ ਤੁਹਾਨੂੰ ਵੀ ਦਰਸ਼ਨ ਕਰਾ ਤੇ। ਅਤੇ ਇਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਾ ਜੀ ਇੱਕ ਗੁਰਦੁਆਰਾ ਹੋਰ ਸਾਹਿਬ ਬਣਿਆ ਹੋਇਆ ਨੇ ਇੱਧਰ, ਇੱਥੇ ਵੀ ਗੁਰੂ ਸਾਹਿਬ ਆਏ ਸੀ। ਇਹ ਸਾਹਮਣੇ ਬਣਿਆ ਜੀ ਬਿਲਕੁਲ, ਇਹ ਗੁਰਦੁਆਰੇ ਦੇ ਬਿਲਕੁਲ ਰੋਡ ਦੇ ਦੂਜੀ ਸਾਈਡ ਸਾਹਮਣੇ ਗੁਰਦੁਆਰਾ ਬਣਿਆ ਹੋਇਆ ਜੀ। ਗੁਰਦੁਆਰਾ ਸ੍ਰੀ ਕੰਘਾ ਸਾਹਿਬ ਜੀ, ਪਿੰਡ ਦੁਲਚੀ ਮਾਜਰਾ 'ਚ ਆਪਾਂ ਇਸ ਟਾਈਮ ਖੜ੍ਹੇ ਹਾਂ। ਅਤੇ ਇਸ ਤੋਂ ਆਪਣਾ ਹੁਣ ਅਗਲਾ ਸਫ਼ਰ ਹੋਊਗਾ, ਆਪਾਂ ਅਗਲੇ ਗੁਰਦੁਆਰਾ ਸਾਹਿਬ ਜਾਵਾਂਗੇ। ਇੱਥੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦ ਨੇ ਦੂਜੀ ਰਾਤ ਕੱਟੀ ਸੀ, ਅਤੇ ਆਪਾਂ ਤੁਹਾਨੂੰ ਉਹ ਗੁਰਦੁਆਰਾ ਸਾਹਿਬ ਦਰਸ਼ਨ ਕਰਾਵਾਂਗੇ ਜੀ। ਅਤੇ ਸਫਰੇ ਸਾਹ ਦੇ ਨਾਲ ਤੁਸੀਂ ਬਣੇ ਰਹੋ, ਜੇ ਵੀਡੀਓ ਚੰਗੀ ਲੱਗਦੀ ਆ, ਸੋਹਣੀ ਲੱਗਦੀ ਤਾਂ ਜ਼ਰੂਰ ਸ਼ੇਅਰ ਕਰਿਓ ਅੱਗੇ ਜੀ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਅਤੇ ਆਪਣੇ ਸਫ਼ਰ ਸ਼ਹਾਦਤ ਦੇ ਨਾਲ ਤੁਸੀਂ ਬਣੇ ਰਹੋ ਸਾਰੇ ਜਾਣੇ, ਅਤੇ ਆ ਜਾਓ ਜੀ, ਤੁਹਾਨੂੰ ਅਗਲੇ ਗੁਰਦੁਆਰਾ ਸਾਹਿਬ ਲੈ ਕੇ ਚੱਲਦੇ ਹਾਂ, ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਪਾਂ ਪਹੁੰਚ ਗਏ ਜੀ ਪਿੰਡ ਕਾਇਨੌਰ, ਅਤੇ ਗੁਰਦੁਆਰਾ ਜੰਡੀਸਰ ਸਾਹਿਬ। ਅਤੇ ਇੱਥੇ ਜਿਹੜੇ ਛੋਟੇ ਸਾਹਿਬਜ਼ਾਦੇ ਦੀ ਮਾਤਾ ਗੁਜਰੀ ਨੇ ਦੂਜੀ ਰਾਤ ਕੱਟੀ ਸੀ, ਅਤੇ ਇੱਥੇ ਇਤਿਹਾਸ ਲਿਖਿਆ ਵੀ ਹੋਇਆ, ਆਪਾਂ ਤੁਹਾਨੂੰ ਦਿਖਾ ਵੀ ਦਿੰਦੇ ਹਾਂ। ਅਤੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਜੀ। ਪਰਿਵਾਰ ਵਿਛੋੜੇ ਤੋਂ ਵਿਛੜ ਕੇ ਦਾਦੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਅਤੇ ਬਾਬਾ ਫਤਿਹ ਸਿੰਘ ਜੀ ਆਪਣੇ ਜੀਵਨ ਦੀ ਆਖਰੀ ਸੇ ਰਾਤ ਦੂਜੀ ਰਾਤ ਇਸ ਸਥਾਨ ਦੇ ਤਲ ਦੇ ਕਿਨਾਰੇ ਦਰਖਤ ਦੀ ਸੰਘਣੀ ਚਿਰੀ 'ਚ ਬਤੀਤ ਕੀਤੀ ਸੀ। ਅਤੇ ਇਸ ਥਾਂ 'ਤੇ ਹੁਣ ਗੁਰਦੁਆਰਾ ਬਾਬਾ ਸ਼ਹੀਦ ਜੰਡੀਸਰ ਸਾਹਿਬ ਕਾਇਨੌਰ ਰੋਪੜ 'ਚ ਸੰਬੋਧਿਤ ਹੈ ਜੀ। ਬਾਕੀ ਇਤਿਹਾਸ ਇੱਥੇ ਲਿਖਿਆ ਹੋਇਆ ਸਾਰਾ ਪੜ੍ਹ ਲਿਓ, ਅਤੇ ਆਪਾਂ ਤੁਹਾਨੂੰ ਕਰਾਉਂਦੇ ਅੰਦਰੋਂ ਦਰਸ਼ਨ ਗੁਰਦੁਆਰਾ ਸਾਹਿਬ ਦੇ। ਲਓ ਜੀ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ,
ਤੇ ਆਪਾਂ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ। ਇਹ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੇ ਇੱਥੇ ਰਾਤ ਕੱਟੀ ਸੀ ਅਤੇ ਆਪਾਂ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਅੰਦਰੋਂ। ਅਤੇ ਇਹ ਨਾ ਇੱਧਰ ਸਾਰੀ ਥਾਂ ਦੇ ਵਿੱਚ ਇੱਧਰ ਮਤਲਬ ਜਗ੍ਹਾ 'ਤੇ ਛੱਪੜ ਹੁੰਦਾ ਸੀ ਅਤੇ ਹੁਣ ਇੱਥੇ ਗੁਰੂ ਘਰ ਬਣ ਗਿਆ ਅਤੇ ਛੱਪੜ ਹੁੰਦਾ ਜੀ ਸਾਰਾ। ਅਤੇ ਇਹ ਦਰਬਾਰ ਸਾਹਿਬ ਸਾਹਮਣੇ ਵਾਹਿਗੁਰੂ। ਸਾਹਮਣੇ ਦਰਬਾਰ ਸਾਹਿਬ ਆ ਜੀ, ਹੁਣ ਆਪਾਂ ਮੱਥਾ ਟੇਕਦੇ ਅੰਦਰ ਅਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ। ਲਓ ਜੀ, ਆਪਾਂ ਮੱਥਾ ਟੇਕ ਕੇ ਦਰਬਾਰ ਸਾਹਿਬ ਤੋਂ ਬਾਹਰ ਆ ਗਏ ਸੀ ਅਤੇ ਇਹ ਦਰਬਾਰ ਸਾਹਿਬ ਦੇ ਬਾਹਰਲੀ ਸਾਈਡ ਇੱਧਰ ਸਰੋਵਰ ਬਣਿਆ ਹੋਇਆ ਜੀ। ਇੱਧਰ ਸਾਹਮਣੇ ਦਰਬਾਰ ਸਾਹਿਬ, ਇੱਧਰ ਨਾਲ ਹੀ ਸਰੋਵਰ ਬਣਿਆ ਹੋਇਆ। ਅਤੇ ਇਹ ਸਾਰੀ ਜਗ੍ਹਾ 'ਚ ਛੱਪੜ ਹੁੰਦਾ ਸੀ ਉੱਥੇ, ਮਤਲਬ ਉਹ ਟਾਈਮ ਦੇ ਵਿੱਚ ਵੀ ਛੱਪੜ, ਸਾਰਾ ਛੱਪੜ ਸੀ ਇਹ। ਇਹ ਬਾਬਾ ਜੀ ਨੇ ਦੱਸਿਆ ਕਿ ਬਾਅਦ 'ਚ ਭਰਤ ਭੁਰਤ ਪਾ ਕੇ ਸਾਰਾ ਇਹ ਭਰਿਆ ਇੱਧਰੋਂ, ਇਹ ਸਾਰਾ ਛੱਪੜ ਸੀ। ਛੱਪੜ ਹਜੇ ਵੀ ਮੌਜੂਦ ਆ ਇੱਥੇ ਅਤੇ ਸਾਰਾ ਗੁਰਦੁਆਰਾ ਸਾਹਿਬ ਬਣਿਆ ਇਹਦੇ ਵਿੱਚ ਅਤੇ ਸਾਰੀ ਜਗ੍ਹਾ ਦੇ ਵਿੱਚ ਛੱਪੜ ਹੁੰਦਾ। ਇਹ ਉਹ ਸਥਾਨ ਆ ਜੀ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਨੇ ਆਪਣੀ ਦੂਜੀ ਰਾਤ ਇੱਥੇ ਕੱਟੀ ਸੀ ਅਤੇ ਉਸ ਟਾਈਮ ਇੱਥੇ ਆਲੇ ਦੁਆਲੇ ਸਾਰੇ ਛੱਪੜ ਹੁੰਦਾ ਸੀ ਅਤੇ ਉਹ ਛੱਪੜ ਦੇ ਕੰਢੇ ਬੈਠ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਨੇ ਆਪਣੀ ਜਿਹੜੀ ਦੂਜੀ ਰਾਤ ਇੱਥੇ ਕੱਟੀ ਸੀ। ਸਥਾਨ ਤੋਂ ਇਹ ਨਗਰ ਤੋਂ ਵਾਸੀਆਂ ਜੀ, ਸਾਡੀ ਸੋਝੀ ਤੋਂ ਪਹਿਲਾਂ ਇਹ ਮਤਲਬ ਸਥਾਨ ਬਣਿਆ, ਕੌਲ ਬਣੇ ਆ, ਸਰੋਵਰ ਬਣਿਆ ਸਭ ਸਾਡੀ ਸੋਝੀ ਤੋਂ ਪਹਿਲਾਂ। ਅਤੇ ਬਾਕੀ ਜੋ ਆਲੇ ਦੁਆਲੇ ਦੇ ਸ਼ਰਧਾਲੂ ਆ, ਕੋਈ ਨੌਕਰੀ ਨੂੰ ਕੋਈ ਬਾਹਰ ਜਾਣ ਬਾਰੇ ਇੱਥੇ ਬੇਨਤੀ ਕਰਦੇ ਤੋਂ ਪੂਰੀਆਂ ਹੁੰਦੀਆਂ ਅਤੇ ਮਹਾਂਪੁਰਖਾਂ ਦੇ ਬਚਨ ਦੇ ਅਨੁਸਾਰ ਪੁਰਾਣੇ ਸਿਆਣਿਆਂ ਤੋਂ ਅਸੀਂ ਸੁਣਦੇ ਆਉਂਦੇ ਹਾਂ ਕਿ ਵੀ ਜਿੰਨੀਆਂ ਵੀ ਆਲੇ ਦੀਆਂ ਤਾਕਤਾਂ ਇੱਥੇ ਕੋਈ ਪੀਰ ਪੈਗੰਬਰ ਆ, ਕੋਈ ਸਾਧੂ ਆ ਦਾ ਸਥਾਨ ਆ ਬਣਿਆ, ਉਹ ਇੱਥੇ ਅੰਮ੍ਰਿਤ ਵੇਲੇ ਆ ਕੇ ਇਸ਼ਨਾਨ ਕਰਦੇ ਆ। ਅਤੇ ਇਸ ਸਥਾਨ ਤੋਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਆਪਣੇ ਨਾਲ ਪਿੰਡ ਸਹੇੜੀ ਲੈ ਗਿਆ ਸੀ ਜਿੱਥੇ ਗੁਰਦੁਆਰਾ ਸ੍ਰੀ ਐਮ ਏ ਸਾਹਿਬ ਬਣਿਆ ਹੋਇਆ। ਆਪਾਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਅਤੇ ਇਹ ਵੀਡੀਓ ਨੂੰ ਕਰਦੇ ਹਾਂ ਇੱਥੇ ਐਂਡ। ਸਫ਼ਰ ਏ ਸਾਥ ਨਾਲ ਤੁਸੀਂ ਬਣੇ ਰਹੋ। ਜੇ ਵੀਡੀਓ ਚੰਗੀ ਲੱਗੀ ਆ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ, ਕਮੈਂਟ ਕਰਨਾ, ਲਾਈਕ ਕਰਨਾ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ। ਅਤੇ ਸਫ਼ਰ ਏ ਸਾਥ ਦੇ ਤੁਸੀਂ ਸਫ਼ਰ ਦੇ ਵਿੱਚ ਸਾਡੇ ਨਾਲ ਬਣੇ ਰਹੋ ਜੀ।